ਕੌਮੀ ਔਸਤ ਨਾਲੋਂ ਵੱਧ ਮੌਤਾਂ ਦੀ ਵਜ੍ਹਾ ਨਾਲ ਪੰਜਾਬ ਦਾ ਸਿਹਤ ਸਿਸਟਮ ਹੁਣ ਗੰਭੀਰ ਸਵਾਲਾਂ ਵਿੱਚ ਘਿਰ ਚੁੱਕਾ ਹੈ ਕਿਉਂਕਿ ਪੰਜਾਬ ਵਿਚਲੀਆਂ ਸਿਹਤ ਸਹੂਲਤਾਂ ਕੋਰੋਨਾ ਦੇ ਟਾਕਰੇ ਦੇ ਸਮਰੱਥ ਨਹੀਂ ਹਨ। ਨਿਰਮਲ ਸਿੰਘ ਖਾਲਸਾ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਜੋ ਸਵਾਲ ਉੱਠੇ, ਉਹਨਾਂ ਨੇ ਪੰਜਾਬ ਦੇ ਨਾਕਸ ਸਿਹਤ ਪ੍ਰਬੰਧਾਂ ਦੀ ਪੋਲ ਤੱਕ ਖੋਲੀ ਹੀ। ਹੁਣ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨਰਸਾਂ ਵੀ ਖੁੱਲ੍ਹ ਕੇ ਸਾਹਮਣੇ ਆਈਆਂ ਹਨ ਅਤੇ ਉਹਨਾਂ ਨੇ ਹਸਪਤਾਲ ਵਿੱਚ ਪ੍ਰਬੰਧਾਂ ਦੀ ਘਾਟ ਦੀ ਵੀ ਗੱਲ ਸਵੀਕਾਰੀ ਹੈ ਅਤੇ ਨਾਲ ਹੀ ਡਾਕਟਰੀ ਅਮਲੇ ਲਈ ਮੈਡੀਕਲ ਸਾਧਨ ਸਰੋਤ ਦੀ ਢੁਕਵੇਂ ਨਾ ਹੋਣ ਦੀ ਗੱਲ ਕਬੂਲੀ ਹੈ। ਜਿਨ੍ਹਾਂ ਨਰਸਾਂ ਨੇ ਇਹਨਾਂ ਮਰੀਜ਼ਾਂ ਦਾ ਇਲਾਜ ਕਰਨਾ ਹੈ ਜੇ ਉਹ ਖੁਦ ਹੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤਾਂ ਪੰਜਾਬ ਦਾ ਤਾਂ ਫਿਰ ਅੱਲਾ ਹੀ ਵਾਰਿਸ ਹੈ। ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਹਸਪਤਾਲ ਵਿੱਚ ਡਾਕਟਰੀ ਅਮਲੇ ਨੂੰ ਕੁਝ ਸਮਾਨ ਆਪਣੇ ਵੱਲੋਂ ਮੁਹੱਈਆ ਕਰਵਾਇਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਤੇ ਨਰਸਾਂ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ। ਭਾਈ ਨਿਰਮਲ ਸਿੰਘ ਦੀ ਜਿਹੜੀ ਇੱਥੇ ਪਦਮ ਸ਼੍ਰੀ ਬੰਦਾ ਹੋਵੇ ਤੇ ਸਰਕਾਰ ਨੂੰ ਸਿੱਧਾ ਦਖਲ ਦੇਣਾ ਚਾਹੀਦਾ ਸੀ, ਉਹਦੇ ਲਈ ਤੇ ਵਾਰਡ ਕੀ ਇੱਕ ਕੋਠੀ ਤੱਕ ਲੈ ਕੇ ਉਹਨੂੰ ਕਰਨਾ ਚਾਹੀਦਾ ਸੀ। ਇੰਨੀ ਦੁਰਗਤ ਨਾ ਕਰੋ ਪੰਜਾਬੀਆਂ ਦੀ। ਔਰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਪੈਸਾ ਤੁਹਾਡੇ ਕੋਲ ਲੰਗਰ ਲਈ ਵੀ ਨਹੀਂ ਮੰਗਿਆ, ਵੱਖ ਵੱਖ NGO ਵੱਖ ਵੱਖ ਸੰਸਥਾਵਾਂ ਨੇ ਇਹਨਾਂ ਨਰਸਿਸ ਨੂੰ ਗਲਵਸ, ਸੈਨੇਟਾਈਜ਼ਰ, ਇਹਦੇ ਨਾਲ ਨਾਲ ਮਾਸਕ ਔਰ ਜਿਹੜੀਆਂ ਇਹਨਾਂ ਦੀਆਂ PPE ਕਿੱਟ ਨੇ ਉਹ ਇਹਨਾਂ ਨੂੰ ਨਹੀਂ ਮਿਲ ਰਹੀਆਂ। ਸ਼ਹਿਰ ਵਾਸੀ ਜੇ ਸਰਕਾਰ, ਮੈਂ ਪੰਜਾਬੀ ਚ ਕਵਾਂ, ਨਮਰਦ ਬਣ ਚੁੱਕੀ ਹੈ ਤੇ ਸ਼ਹਿਰ ਵਾਸੀ ਉਹ ਇਕੱਠੇ ਹੋਵੋ, ਇਹ ਲੋਕ ਬਚਣਗੇ ਤੇ ਅਸੀਂ ਬਚਾਂਗੇ, ਨਹੀਂ ਤੇ ਨਹੀਂ ਬਚ ਸਕਦੇ। ਪਰ ਕੈਬਨਿਟ ਮੰਤਰੀ OP ਸੋਨੀ ਇਹਨਾਂ ਇਲਜ਼ਾਮਾਂ ਨਾਲ ਇਤਫਾਕ ਨਹੀਂ ਰੱਖਦੇ। ਉਹਨਾਂ ਦਾ ਦਾਅਵਾ ਹੈ ਕਿ ਸਾਰੇ ਪ੍ਰਬੰਧ ਟੁਕਵੇਂ ਹਨ, ਸਰਕਾਰਾਂ ਹਾਲਾਤ ਉੱਪਰ ਪੂਰੀ ਨਜ਼ਰ ਰੱਖ ਰਹੀਆਂ ਹਨ। 4 ਘੰਟੇ ਜਿੰਨਾ ਚਿਰ ਪੂਰੇ ਨਹੀਂ ਹੁੰਦੇ ਉਹਨਾਂ ਚਿਰ ਦੁਬਾਰਾ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ ਇੱਕ ਪੇਸ਼ੈਂਟ ਨੂੰ। ਸੋ ਉਹਨਾਂ ਡੋਜ ਦੇਤੀ ਉਹਨਾਂ ਨੂੰ, ਵੇਖੋ ਡੋਜ ਦੇਤੀ, ਇਲਾਜ ਜਿਹੜਾ ਉਹਨਾਂ ਦਾ, ਡਾਕਟਰ ਕਹਿ ਰਿਹਾ ਬਾਪੂ ਜੀ ਤੁਹਾਡਾ ਇਲਾਜ ਹੋ ਰਿਹਾ, ਅਸੀਂ ਤੁਹਾਨੂੰ ਡੋਜ ਦੇ ਚੁੱਕੇ ਹਾਂ, 4 ਘੰਟੇ ਬਾਅਦ ਜਿਹੜੀ ਆ ਉਹ ਦੁਬਾਰਾ ਦੇਣੀ ਆ। ਸੋ ਇਸ ਕਰਕੇ ਡੋਜ ਤਾਂ ਉਹਦੀ ਇੱਕ ਹੀ ਆ ਸਾਰੇ ਹਿੰਦੁਸਤਾਨ 'ਚ ਜੋ ਅਸੀਂ ਦੇ ਰਹੇ ਹਾਂ। ਹੁਣ ਵੇਖੋ ਐਵੇਂ ਕੋਈ ਗੱਲ ਅਸੀਂ ਕਰ ਦਈਏ ਅਤੇ ਉਹ ਮੈਂ ਨਾ ਠੀਕ ਨਹੀਂ। ਉਹਨਾਂ ਨੂੰ VIP ਟ੍ਰੀਟਮੈਂਟ ਦਿੱਤੀ ਗਈ ਆ, ਉਹਨਾਂ ਨੂੰ ਵੱਖਰਾ ਰੂਮ ਦਿੱਤਾ ਗਿਆ। ਉਧਰ ਭਾਈ ਨਿਰਮਲ ਸਿੰਘ ਖਾਲਸਾ ਤੋਂ ਬਾਅਦ ਹੁਣ ਭਾਈ ਦਰਸ਼ਨ ਸਿੰਘ ਦੀ ਆਡੀਓ ਸਾਹਮਣੇ ਆਈ ਹੈ। ਦਰਸ਼ਨ ਸਿੰਘ ਇੱਥੇ ਸਰਕਾਰੀ ਮੈਡੀਕਲ ਕਾਲਜ ਵਿੱਚ ਜੇਰੇ ਇਲਾਜ ਹਨ, ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਉਹਨਾਂ ਨੇ ਇਸ ਆਡੀਓ ਵਿੱਚ ਹਸਪਤਾਲ ਵਿੱਚ ਕਿਸੇ ਵੀ ਡਾਕਟਰ ਦੇ ਨਾ ਆਉਣ ਦੇ ਦੋਸ਼ ਲਾਏ ਹਨ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਕੋਈ ਸਹੂਲਤ ਨਹੀਂ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਹੈ। ਉਹਨਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਦਾ ਵੀ ਹਵਾਲਾ ਦਿੱਤਾ ਹੈ ਅਤੇ ਇਸੇ ਤਰ੍ਹਾਂ ਦੇ ਇਲਜ਼ਾਮ ਭਾਈ ਦਰਸ਼ਨ ਸਿੰਘ ਵੱਲੋਂ ਲਾਏ ਜਾਣ ਤਾਂ ਮੁੱਖ ਮੰਤਰੀ ਵੱਲੋਂ ਨੋਟਿਸ ਲੈਣ ਦੀ ਮੰਗ ਕੀਤੀ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਭੇਜ ਦਿੱਤਾ ਗਿਆ, ਪਰ ਉਹਨਾਂ ਦਾ ਕੀ ਜੋ ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਏ ਨੇ। ਪਰ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰੀ ਹਸਪਤਾਲਾਂ ਵਿੱਚ ਹਨ, ਉਹ ਆਪਣੀ ਪੋਲ ਆਪਣੇ ਆਪ ਹੀ ਖੋਲ ਰਹੇ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।